ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਘੈਂਟ ਹੋ ਗਏ। ਅਤੇ ਸਭ ਤੋਂ ਪਹਿਲਾਂ ਬਹੁਤ ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਸਾਡੀ ਡੇਲੀ ਵਲੋਗਿੰਗ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ। ਅਤੇ ਅੱਜ ਉਹ ਤਾਂ ਸੋਚਿਆ ਨਹੀਂ ਕਿ ਵਲੋਗ ਕਰਾਂਗੇ, ਕਿਉਂਕਿ ਆਪਾਂ ਤੁਹਾਨੂੰ ਦੱਸਿਆ ਗਿਆ ਕਿ ਮੰਮਾ ਦੇ ਬਰਥਡੇ ਤੱਕ ਆਪਾਂ ਡੇਲੀ ਵਲੋਗਿੰਗ ਸੋਚੀ ਸੀਗੀ। ਦੇਖਦੇ ਹਾਂ ਸਟਾਰਟਿੰਗ ਕਰਕੇ ਵਲੋਗ ਦੀ, ਅਗਰ ਵਧੀਆ ਲੱਗਾ, ਅਗਰ ਖੁਦ ਨੂੰ ਇੰਜੋਏ ਕੀਤਾ ਵਲੋਗ ਤਾਂ ਜ਼ਰੂਰ ਪੋਸਟ ਕਰ ਦਾਂਗੇ। ਸਾਡੇ ਦਿਮਾਗ 'ਚ ਇੱਕ ਇਹ ਵੀ ਚੀਜ਼ ਸੀ ਕਿ ਸ਼ਾਇਦ ਇਹਨੂੰ ਥੋੜ੍ਹਾ ਐਕਸਟੈਂਡ ਕਰ ਦਈਏ, ਕਿਉਂਕਿ ਸਾਡੀ ਐਨਵਰਸਰੀ ਆ ਰਹੀ ਆ ਅਤੇ ਕੁਛ ਨਾ ਕੁਛ ਕਰਾਂਗੇ ਵਧੀਆ, ਕਿਉਂਕਿ ਡੇਲੀ ਵਲੋਗਿੰਗ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਕਰਨ 'ਚ, ਅਤੇ ਤੁਹਾਨੂੰ ਸਾਰਿਆਂ ਨੂੰ ਵੇਖਣ 'ਚ ਵੀ ਪੱਕੀ ਗੱਲ ਮਜ਼ਾ ਆ ਰਿਹਾ ਹੋਊਗਾ। ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਥੈਂਕ ਯੂ। ਸ਼ੁਰੂ ਕਰਦੇ ਹਾਂ ਅੱਜ ਦਾ ਘੈਂਟ ਜਿਹਾ ਵਲੋਗ। ਨਹੀਂ ਦੀਦੀ ਜੀ, ਜੁਆ ਤਾਂ ਦੇਖੋ, ਆ ਦੇਖੋ, ਭਾਈ ਨੇ ਅੱਜ ਕਿਆ ਬਾਤ ਹੈ ਭਾਈ, ਅੱਜ ਤਾਂ ਫੁੱਲ ਟੋਰਾਂ ਭਾਜੀ, ਮੁਬਾਰਕਾਂ ਬਹੁਤ ਬਹੁਤ ਭਾਜੀ, ਤੁਸੀਂ ਪਾ ਕੇ ਏਡੀ ਸੋਹਣੀ ਵੱਜੀ ਆ ਨਾ ਅੱਜ ਤਾਂ, ਨਹੀਂ ਜਨਮ ਉਹਦੀਆਂ ਵੀ ਮੁਬਾਰਕਾਂ ਸੱਚ। ਹੈਂ ਹੁਣੇ ਹੀ ਓਪਨ ਕਰ ਲੈਣਾ, ਦੁਨੀਆ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਕੱਲ ਕਿਉਂ ਨਹੀਂ ਆਏ, ਕੀ ਪਾਉਣ ਲੱਗਾ ਅੱਜ, ਚੱਲ ਦੱਸੋ ਕੱਲ ਕਿਉਂ ਨੀ ਆਏ ਹੁਣ, ਕਿਉਂਕਿ ਕਹਿੰਦੇ ਜਿੱਥੇ ਪਿਆਰ ਹੁੰਦਾ ਵਾ ਉਹ ਸੱਤ ਸਮੁੰਦਰ ਪਾਰ ਆ ਜਾਂਦੇ ਆ। ਕੱਲ ਪਿਆਰ ਅੱਗੇ ਪੁਲਿਸ ਦੀਆਂ ਡਾਂਗਾਂ ਦੇ ਦੀਆਂ ਪਈਆਂ ਸੀ, ਤੂੰ ਅੱਜ ਕੱਲ ਕੰਟਰੋਵਰਸੀ ਨਹੀਂ ਕਰਦੀ। ਮੈਂ ਦੀਦੀ ਨੂੰ ਕਿਹਾ ਦੀ ਵੀਡੀਓ ਬਣਾ ਕੇ ਭੇਜਦੇ ਸੀ, ਕਹਿੰਦੀ ਮੈਂ ਨਹੀਂ ਭੇਜਣੀ, ਮੈਂ ਕੰਟਰੋਵਰਸੀ 'ਚ ਨਹੀਂ ਹੋਇਆ ਜਾਣਾ। ਮੈਂ ਤੂੰ ਕਿਹੜੀ ਕੰਟਰੋਵਰਸੀ, ਇੱਦਾਂ ਦਾ ਕੀ ਕਿਹਾ ਤਾ, ਮੈਂ ਹੌਲੀ ਜਿਹੀ ਵੀਡੀਓ ਵੇਖਾਂ ਪਹਿਲਾਂ। ਕੰਟਰੋਵਰਸੀ ਕੰਟਰੋਵਰਸੀ ਕਰਦੇ ਰਹਿੰਦੇ, ਕ੍ਰਾਈਮ ਪੈਟਰੋਲ ਜ਼ਿਆਦਾ ਤਾਂ ਨਹੀਂ ਵੇਖਣ ਲੱਗ ਪਈ ਤੂੰ? ਭਾਈ ਦਾ ਮੈਨੂੰ ਫੋਨ ਆਇਆ ਸਵੇਰੇ, ਕਿੰਨੇ ਵਜੇ ਫੋਨ ਆਇਆ ਭਾਜੀ? ਹਾਂ ਮੈਨੂੰ ਭਾਈ ਨੇ ਮੈਨੂੰ ਫੋਨ ਕੀਤਾ, ਅਮਾ ਕਹਿੰਦੇ ਕਿ ਆਪਾਂ ਨਾ ਆਉਣ ਲੱਗੇ ਹਾਂ। ਮੈਂ ਕਿਹਾ ਲੈ ਬੜੀ ਵਧੀਆ ਗੱਲ ਹੋ ਗਈ ਹੈ ਨਾ, ਵਧੀਆ ਗੱਲ ਆ, ਚਲੋ ਆ ਜਾਓ। ਫਿਰ ਭਾਈ ਦਾ 5-10 ਮਿੰਟ ਬਾਅਦ ਹੀ ਫੋਨ ਆ ਗਿਆ, ਪੂਰੇ 5 ਮਿੰਟ ਬਾਅਦ ਕਹਿੰਦੇ ਨਹੀਂ ਯਾਰ ਲੇਟ ਬਹੁਤ ਹੋ ਜਾਣਾ ਵਾ, ਹੁਣ ਕਹਿੰਦੇ ਲੇਟ ਹੋ ਗਏ ਆ ਬੜਾ। ਮੈਂ ਨਾ ਸੁੱਤਾ, ਮੈਨੂੰ ਲੱਗਾ ਸ਼ਾਇਦ ਸੁਪਨਾ ਸੁਪਨਾ ਆਇਆ, ਮੈਂ ਉੱਠ ਕੇ ਵੇਖਿਆ, ਮੈਂ ਭਾਈ ਨਾਲ ਤਾਂ ਸੱਚੀ ਗੱਲ ਹੋਈ ਹੈ। ਇਹ ਕੀ ਹੋਇਆ, ਇਹ 5 ਮਿੰਟ 'ਚ ਭਾਈ ਨੇ ਕਿੱਦਾਂ ਕਹਿ ਤਾ ਲੇਟ ਬਹੁਤ ਹੋ ਜਾਣਾ ਵਾ, ਤੁਸੀਂ ਸਾਡੇ ਲਈ ਚਲਾਨ ਨਹੀਂ ਕਟਾ ਸਕਦੇ? ਚਲਾਨ ਕਟਾਉਣ ਵਾਲਾ ਪਿਆਰ ਨਹੀਂ ਹੈਗਾ, ਪਿਆਰ ਪਤਾ ਕਿੰਨਾ ਵੱਜ ਜਾਣਾ, ਲੈ ਬਈ ਕੁੜੀ ਚਲਾਨ ਕਟਾ, ਨਿਊਜ਼ ਵਾਲਿਆਂ ਨੇ ਤੈਨੂੰ ਕਵਰ ਕਰਨਾ ਸੀ ਕਿ ਦੇਖੋ ਆਹ ਹੁੰਦੀ ਹੈ ਧੀ ਆਪਣੀ ਮਾਂ ਦੇ ਜਨਮ ਦਿਨ ਲਈ ਚਲਾਨ ਕਟਾ ਕੇ ਆਈ। ਹਾਂ ਬਈ ਵੱਡੇ ਆਪਣੀ ਜਗ੍ਹਾ, ਡੰਡੇ ਆਪਣੀ ਜਗ੍ਹਾ, ਅਰੇ ਵਾਹ, ਨਾਲ ਨਾਲ ਮੈਸੇਜ ਦੇਣਾ ਵੀ ਜ਼ਰੂਰੀ ਹੈ ਨਾ। ਚਲ ਫਿਲਹਾਲ ਆਪਾਂ ਮੈਂ ਖਾਵਾਂਗਾ ਇਹਨਾਂ ਇਡਲੀ ਅਤੇ ਨਾਲ, ਉਹ ਯਾਰ ਨਾ ਕਰ। ਅੱਜ ਕੀ ਬਣ ਰਿਹਾ? ਅੱਜ ਪਕੌੜੇ ਬਣਦੇ ਪਏ, ਕਿਉਂਕਿ ਦੀਦੀ ਹੁਣੀ ਬਿਨਾਂ ਦੱਸੇ ਆ ਗਏ ਅਤੇ ਫਿਰ ਉਹਦਾ ਕਰਕੇ ਜਲਦੀ ਜਲਦੀ 'ਚ ਅਸੀਂ ਕਿਹਾ ਚਲੋ ਪਕੌੜੇ ਬਣਾ ਲੈਂਦੇ ਹਾਂ। ਅਤੇ ਆਪਣਾ ਹੁੰਟਰ ਵਜਾ ਤਾ ਵਲੋਗ ਆ ਗਿਆ ਵਾਲਾ, ਠੀਕ ਆ, ਚਲੋ ਦੇ ਲਓ ਦੇਖਣ ਵੀ ਲੱਗ ਗਏ। ਹਾਂ ਮੈਂ ਉਹੀ ਕਹਿ ਰਿਹਾ, ਸਾਰੇ ਜਣੇ ਦੇਖਣ ਦੇ ਆ। ਚਾ ਹੈਲੋ, ਹੈਲੋ, ਕਿਵੇਂ ਵਲੋਗ? ਬਹੁਤ ਵਧੀਆ। ਮੰਮਾ ਦੇ ਬਰਥਡੇ ਦਾ ਵਲੌਗ, ਪਹਿਲਾ ਲਾਈਕ ਮੇਰਾ, ਪਹਿਲਾ ਲਾਈਕ, ਪਹਿਲਾ ਵਿਊ ਮੇਰਾ, ਪਹਿਲਾ ਵਿਊ ਵੀ ਤੇਰਾ। ਵਲੌਗ ਬਹੁਤ ਘੈਂਟ ਹੈ, ਘੈਂਟ ਦੇ ਲੋਕਾਂ ਦਾ ਘੈਂਟ ਜੇ ਵਲੌਗ, ਕਿਆ ਬਾਤ ਹੈ। ਔਰ ਮੈਨੂੰ ਇਦਾਂ ਕਿਉਂ ਲੱਗਾ ਬੈਲ ਵੱਜੀ 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 ਹੈ ਨਾ ਬੈਲ ਵੱਜੀ, ਉਹ ਵੀ ਬੈਲ ਵੱਜੀ, ਤੇ ਤੁਸੀਂ ਇਹਦਾ ਵੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ। ਸ਼ਾਬਾਸ਼, ਚਲ ਮੈਂ ਬਾਹਰ ਵੇਖ ਕੇ ਆਵਾਂ ਕੋਣਾ। ਭਾਈ ਪੱਗ ਬਹੁਤ ਘੈਂਟ, ਬਹੁਤ ਘੈਂਟ ਭਾਜੀ, ਪੱਗ ਤਾਂ ਬੰਨਿਆ ਕਰੂ ਗੱਲਬਾਤ। ਪਕੌੜੇ ਕਿੱਦਾਂ ਦੇ ਬਣੇ ਭਾਜੀ? ਬਹੁਤ ਵਧੀਆ। ਓਕੇ ਰਿਪੋਰਟ ਹੈ। ਹਾਂਜੀ ਮੈਂ ਬਣਾਇਆ ਭਾਜੀ,
ਸੁਣਿਆ ਤੇ ਨਹੀਂ ਇਹਨੇ ਕਦੇ ਤੇ ਪਾਪਾ ਨੂੰ ਨਾ ਆਪਾਂ ਇੱਕ ਰਾਤ ਪਹਿਲਾਂ ਦੱਸਤਾ ਕਿ ਪਾਪਾ ਜੀ ਦਿਨੇ ਆਪਾਂ ਵੀਡੀਓ ਬਣਾਉਣੀ ਆ ਕਿ ਤੁਸੀਂ ਇਦਾਂ ਬੋਲਣਾ ਮੰਮਾ ਬਾਰੇ ਆਪਾਂ ਮੰਮਾ ਲਾ ਕੇ ਇੱਥੇ ਬੈਠੇ ਤੇ ਆਪਾਂ ਮੈਂ ਤੇ ਚਾਹਨਾ ਤੇ ਮੈਂ ਆਪਾਂ ਕਿਹਾ ਕਿ ਪਾਪਾ ਆ ਜਾਓ ਉੱਠੋ ਪੱਗ ਬੰਨ ਲਓ ਮੈਂ ਕੀ ਕਰਨੂ ਪੱਗ ਬੰਨਣੀ ਕਰਨਾ ਕੀ ਆ ਤੁਸੀਂ ਕਰਨਾ ਕੀ ਆ ਆਹੋ ਪਾ ਕੇ ਪਾਪਾ ਜੀ ਆ ਜਾਓ ਨਾਲ ਚੁੱਪ ਕਰਕੇ ਤਾਂ ਆਪਾਂ ਆ ਜਾਓ ਤੇ ਆਪਾਂ ਵੀਡੀਓ ਬਣਾਵਾਂਗੇ मम्मा ने कोशिश तो पूरी की तेनू कह दीदी ते मम्मा च गल नहीं पचदी दस भी दिंदी झूठ बोलते टीवी ते लाना मैं ना टीवी ते ला के सारा कुछ रेडी करता पापा आ गए ते टीवी बंद कर कहिंदे आ क्यों लाया किसी ने पापा टीवी बंद करी ये को लाया कहते कुछ कर जुत्ती पा के जानी हुई पापा ने दुध लैन पापा ने चप्पल चप्पल ही चल जो मैं जुत्ती कितने मैं जुत्ती नहीं मिलनी चप्पल फकाने मिला के रखे कमरे चो नहीं बाहर निकल रखा मासी का फोन आ गया मम्मा ने टाइम पास हो गया मम्मा ने कंधा दिता ही नहीं मम्मा खिजे ही मैं बिस्कुट खा गई
30 सैकेंड सारे फोड़ दोगे? 30 सैकेंड च पापा जी तुसीं सारे फोड़ दोगे ते लाइक कर दिओ सारे जने फिर इस वीडियो नूं। 3, 2, 1 स्टार्ट। खिचो खिचो स्पीड खिचो। ओ बल्ले 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 टाइम देखियो ने इधर की जा रही गोडी हरे तो लाल हो गया ही ते इस करके दोबारा गोडी करके इनू पानी दिता जाएगा। कि मजनू नु लोकां ने कहा तेरी लैला रंग दी काली। मजनू कहंदा ना थोड़ी अख ही नहीं देखण वाली। ਇਹ ਮਜਨੂ ਨੇ ਕਵਰ ਕੀਤਾ ਸੀ ਹੋਰ ਕੁਛ ਨਹੀਂ ਕੀਤਾ। ਡੇਲੀ ਵਲੌਗਿੰਗ ਆਪਾਂ ਮੰਮਾ ਦੇ ਬਰਥਡੇ ਤੱਕ ਹੀ ਸੋਚੀ ਸੀਗੀ ਤੇ ਬਟ ਅੱਜ ਦੀਦੀ ਨੇ ਸਰਪ੍ਰਾਈਜ਼ ਦਿੱਤਾ ਤੇ ਸੋਚਿਆ ਅੱਜ ਵੀ ਤੁਹਾਡੇ ਨਾਲ ਸ਼ੇਅਰ ਕਰ ਲਈ ਉਹ ਚੀਜ਼। ਮਤਲਬ ਇਹ ਨਿਕਲਦਾ ਆ ਕਿ ਆਹ ਜਿਹੜਾ ਵਲੌਗ ਆ ਡੇਲੀ ਵਲੌਗ ਦਾ ਲਾਸਟ ਵਲੌਗ। ਜਿੰਨਾ ਪਿਆਰ ਤੁਸੀਂ ਸਾਡੀ ਡੇਲੀ ਵਲੌਗਿੰਗ ਨੂੰ ਦਿੱਤਾ ਨਾ ਤੇ ਜੀ ਕਰਦਾ ਕਿ ਇਹਨੂੰ ਇਦਾਂ ਹੀ ਕੰਟੀਨਿਊ ਰੱਖੀਏ। ਇਸ ਲਈ ਅਸੀਂ ਸੋਚ ਰਹੇ ਸੀਗੇ ਕਿ ਅਸੀਂ ਆਪਣਾ ਜਿਹੜਾ ਆਹ ਵਾਲਾ ਵਲੌਗ ਆ ਇਹ ਆਪਾਂ ਲਾਸਟ ਰੱਖਾਂਗੇ, ਲਾਸਟ ਡੇਲੀ ਬੇਸ ਤੇ ਕਹਿ ਰਹੇ ਆ ਆਪਾਂ। ਉਸ ਤੋਂ ਬਾਅਦ ਆਪਾਂ ਮਤਲਬ ਕਿ ਜਿੱਦਾਂ ਸਾਡੀ ਅੱਗੇ ਹੁੰਦਾ ਸੀ ਇੱਕ ਦਿਨ ਛੱਡ ਕੇ ਅਸੀਂ ਆਪਾਂ ਸੋਚਿਆ ਸੀਗਾ ਕਿ ਸ਼ਾਇਦ ਇਹਨੂੰ ਐਕਸਟੈਂਡ ਕਰ ਦਈਏ ਆਪਾਂ 6 ਜਾਂ 7 ਤਰੀਕ ਤੱਕ, ਕਿਉਂਕਿ ਸਾਡੀ ਐਨੀਵਰਸਰੀ ਵੀ ਆ ਰਹੀ ਆ ਤੇ ਉਹਦੀ ਵੀ ਤਿਆਰੀ ਵਗੈਰਾ ਹੈਗੀ ਆ। ਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਐਕਸਟੈਂਡ ਕਰੀਏ ਤਾਂ ਕਮੈਂਟ ਸੈਕਸ਼ਨ 'ਚ ਸਾਨੂੰ ਜ਼ਰੂਰ ਦੱਸਿਓ ਕਿ ਡੇਲੀ ਵਲੌਗਿੰਗ ਇਦਾਂ ਹੀ ਚੱਲਦੀ ਰਹਿਣੀ ਚਾਹੀਦੀ ਆ। ਬਾਕੀ ਤੁਸੀਂ ਪਿਆਰ ਦਿੰਦੇ ਰਹੋ ਇਦਾਂ ਹੀ ਤੇ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ। ਤੁਸੀਂ ਸਾਡੀ ਹਰ ਇੱਕ ਗੱਲ ਨਾਲ ਖੜੇ ਹੋਏ, ਆਪਾਂ ਪਹਿਲਾਂ ਕਿਹਾ ਕਿ ਇੰਨੇ ਕਮੈਂਟ ਕਰ ਦਿਓ ਜਾਂ 20,000 ਲਾਈਕ ਦਾ ਟਾਰਗੇਟ ਅਚੀਵ ਕਰਨਾ, ਤੁਸੀਂ ਸਾਰਾ ਕਰਤਾ। ਬਸ 2,15,000 ਸਬਸਕ੍ਰਾਈਬਰ, 5 ਤਰੀਕ ਨੂੰ ਐਨੀਵਰਸਰੀ ਆ ਤੇ ਉਦੋਂ ਤੱਕ ਦੇਖਦੇ ਆ ਕਿੰਨੇ ਹੁੰਦੇ ਆ। ਮੰਮਾ ਹਰ ਇੱਕ ਕਮੈਂਟ ਪੜ੍ਹਦੇ ਆ, ਜਿੰਨੇ ਵੀ ਕਮੈਂਟ ਹੋਣ, ਕਿੰਨੇ ਵੀ ਹਜ਼ਾਰ, ਮੈਂ ਸਾਰੇ ਕਮੈਂਟ ਤੁਹਾਡੇ ਪੜ੍ਹਦੀ ਆ। ਆ ਪਿਛਲੇ ਦਿਨਾਂ 'ਚ ਜੋ ਪਿਆਰ ਦਿਖਾਇਆ ਨਾ ਉਹ ਸੱਚੀ ਐਕਸਪੈਕਟ ਨਹੀਂ ਕੀਤਾ, ਨਹੀਂ ਕੀਤਾ ਸੀ, ਸੱਚੀ ਨਹੀਂ ਕੀਤਾ ਸੀਗਾ। ਸੋ ਆਪਾਂ ਜਿਹੜੀ ਵਲੌਗਿੰਗ ਕਰਦੇ ਸੀ ਨਾ ਉਹ ਸਿਰਫ ਸਾਨੂੰ ਸ਼ੌਂਕ ਸੀਗਾ, ਲਾਈਕ ਵੀ ਆਪਾਂ ਕਰਨੀ ਆ, ਬਟ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਸ਼ੌਂਕ ਨੂੰ ਇੰਨਾ ਪਿਆਰ ਦਿੱਤਾ ਜਾਊਗਾ ਕਿ ਉਹ ਤੁਹਾਡਾ ਵੀ ਸ਼ੌਂਕ ਬਣ ਜਾਏਗਾ ਸਾਡੇ ਵਲੌਗ ਦੇਖਣਾ। ਸੋ ਅੱਜ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਸੀ, ਕੁਛ ਵੀ ਵਲੌਗ ਬਣਾਉਂਦੇ ਆ ਨਾ ਸਾਨੂੰ ਇਹ ਹੁੰਦਾ ਕਿ ਜਿਹੜੇ ਸਾਨੂੰ ਵੇਖਣ ਵਾਲੇ ਸਾਡੇ ਵਿਊਅਰ ਨੇ ਜਾਂ ਜਿਹੜੇ ਸਾਨੂੰ ਦੇਖਣ ਵਾਲੇ ਸਾਡੇ ਸਪੋਰਟਰਸ ਨੇ ਉਹਨਾਂ ਦੇ ਫੇਸ ਤੇ ਸਮਾਈਲ ਰਵੇ। ਮੈਂ ਕਮੈਂਟ ਪੜ੍ਹਦੀ ਸੀ, ਸਾਰੇ ਇੱਕ ਨੇ ਲਿਖਿਆ ਵੀ ਮੇਰੇ ਮੰਮਾ ਲਾਗੇ ਬੈਠੇ ਸੀ, ਉਹ ਵੀ ਇਮੋਸ਼ਨਲ ਹੋ ਗਏ। ਅਮਾ ਤੁਹਾਨੂੰ ਕੀ ਲੱਗਦਾ ਆਪਾਂ ਨੂੰ ਡੇਲੀ ਵਲੌਗਿੰਗ ਕੰਟੀਨਿਊ ਕਰਨੀ ਚਾਹੀਦੀ ਆ? ਮੇਰੇ ਖਿਆਲ ਜੇ ਇਦਾਂ ਪਿਆਰ ਮਿਲਦਾ ਰਹੇ ਤਾਂ ਕਰਨੀ ਵੀ ਚਾਹੀਦੀ। ਪਾਪਾ ਹੀ ਤੁਸੀਂ ਕੰਟੀਨਿਊ ਓਡਰ ਸੇਮ ਮੰਮਾ ਵਾਲਾ ਲਵ। ਹਾਂ, ਅਗਰ ਇਦਾਂ ਹੀ ਪਿਆਰ ਮਿਲਦਾ ਰਹੇ ਤਾਂ ਓਬਵੀਅਸਲੀ ਕੰਟੀਨਿਊ। ਮੇਰਾ ਮਨ ਬਹੁਤ ਕਰਦਾ ਡੇਲੀ ਵਲੌਗਿੰਗ ਨੂੰ, ਕਿਉਂਕਿ ਜਦੋਂ ਸ਼ੁਰੂ ਕੀਤੀ ਸੀ ਨਾ ਉਦੋਂ ਮਨ ਤੇ ਇਹੀ ਸੀਗਾ ਕਿ ਆਪਾਂ ਵਲੌਗਿੰਗ ਇਦਾਂ ਕਰਨੀ ਆ, ਬਟ ਡੇਲੀ ਕਰਾਂਗੇ ਇਹ ਕਦੀ ਸੋਚਿਆ ਨਹੀਂ।